sardha pooria satgur dayal sardha pooria satgur dayal sardha pooria satgur dayal sardha pooria karo mere paas aao satgur hoye dayal sardha pooria satgur hoye dayal sardha pooria satgur hoye dayal na babu churiye satgur hoye satgur hoye dayal sardha pooria koi rasna wanna satgur hoye dayal sardha pooria bhai aao jinna tak ye awaaz aa rahi hai paanch baar seva kar raha hai langar banaun di ya vartaun di koi bhi bhandya di seva kar raha jithe bhi koi baitha hai jithe tak awaaz aa rahi hai sare prem de naal ਇੱਕ ਧੁਨ ਦੇ ਵਿੱਚ ਇੱਕ ਰਸ ਨੂੰ ਕਰਕੇ ਚੌਂਕੜੇ ਲਾ ਕਰਕੇ ਆਓ ਸਤਿਗੁਰੂ ਦੇ ਪਾਵਨ ਧਰਨ ਚਰਨਾਂ ਦਾ ਧਿਆਨ ਧਰ ਕਰਕੇ ਸਤਿਗੁਰੂ ਦੀ ਬਾਣੀ ਬਾਣੀ ਨੂੰ ਬੜੇ ਪ੍ਰੇਮ ਨਾਲ ਗਾਉਣਾ ਕਰੀਏ ਸਾਰੇ ਸਤਿਗੁਰੂ ਕਰੋ ਕਿਰਪਾ ਸਤਿਗੁਰ ਹੋਏ ਦਿਆਲ ਤਾ ਸ਼ਰਧਾ ਪੂਰੀ ਹੈ ਕਰੋ ਕਿਰਪਾ ਸਤਿਗੁਰ ਹੋਏ ਦਿਆਲ ਤਾ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੋਰੀ ਸਾਰੇ ਜਪੋ ਸਤਿਗੁਰ ਹੋਏ ਦਿਆਲ ਨਾ ਕਬੂ ਚੋਰੀ ਸਤਿਗੁਰ ਹੋਏ ਦਿਆਲ ਨਾ ਸ਼ਰਧਾ ਸਤਿਗੁਰ ਹੋਏ ਦਿਆਲ ਤਾ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਹੁਣ ਜੋ ਸਤਿਗੁਰ ਦੀ ਬਾਣੀ ਦਾ ਬਚਨ ਹੈ ਕਿ ਸਤਿਗੁਰ ਹੋਏ ਦਿਆਲ ਜਦੋਂ ਅਕਾਲ ਪੁਰਖ ਦਿਆ ਦਿੱਤਾ ਫਿਰ ਕਹਿੰਦੇ ਜਿਹੜੇ ਮਨ ਨੂੰ ਰੋਗ ਲੱਗੇ ਨਾ ਤੇ ਮਨ ਨੂੰ ਰੋਗ ਆਦ ਵਿਆਦ ਪਾਦ ਰੋਗ ਤਿੰਨ ਤਰ੍ਹਾਂ ਦੇ ਰੋਗ ਲੱਗੇ ਮਨ ਨੂੰ ਪਤਾ ਕਹਿੰਦੇ ਇਹਨਾਂ ਤਿੰਨਾਂ ਦੇ ਵਿੱਚ ਬੜਾ ਕੁਝ ਹੈ ਕਹਿੰਦੇ ਨਾ ਆਪਾਂ ਪੜ੍ਹਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਪ ਹੋਣ ਬਿਨਾਂ ਨਾ ਭੂਤ ਲੱਗਾ ਕਹਿੰਦੇ ਤਿੰਨਾਂ ਤਾਪਾਂ ਨੂੰ ਨਿਵਾਰਨ ਕਰਨ ਵਾਲਾ ਆਦ ਵਿਆਦ ਉਪਾਦ ਰੋਗ ਇਹਨਾਂ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਕੌਣ ਹੈ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਜਿਹੜਾ ਦੁੱਖਾਂ ਨੂੰ ਹੰਤਾ ਭਾਵ ਖਤਮ ਕਰ ਦਿੰਦਾ ਹੈ ਸੁਖ ਰਾਸ ਸਦਾ ਵਾਸਤੇ ਜੀਵਨ ਸੁੱਖਾਂ ਦਾ ਪ੍ਰਕਾਸ਼ ਕਰ ਦਿੰਦਾ ਭਾਵ ਮਨ ਨੂੰ ਵਿਕਾਰਾਂ ਤੋਂ ਪਰੇ ਕਰਕੇ ਸਦੀਵ ਵਾਸਤੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ ਉਹਦੀ ਗੱਲ ਹੈ ਉਸ ਨਾਮ ਦੀ ਗੱਲ ਹੈ।